ਨਾਮ ਦੱਸ ਕੇ ਜੀ। ਮੇਰਾ ਨਾਮ ਗੁਰਮੁਖ ਸਿੰਘ ਹੈ। ਹਾਂਜੀ ਸਤਿ ਸ਼੍ਰੀ ਅਕਾਲ, ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹੋ ਤਨ ਤਨ ਗੁਰੂ ਹਰਕ੍ਰਿਸ਼ਨ ਪ੍ਰਕਾਸ਼ ਦੇ। ਹਾਂਜੀ, ਅੱਜ ਬਹੁਤ ਹੀ ਖੁਸ਼ੀਆਂ ਭਰਿਆ ਇਤਿਹਾਸਕ ਦਿਹਾੜਾ ਹੈ। ਅੱਜ ਸਿੱਖਾਂ ਦੇ ਜੋ 8ਵੇਂ ਗੁਰੂ ਹੈ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਸਾਰੇ ਸੰਸਾਰ ਵਿੱਚ ਬੜੀ ਸ਼ਰਧਾ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ। ਸੰਗਤਾਂ ਹਰ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਹਨ। ਨਗਰਾਂ ਦੇ ਵਿੱਚ ਵੀ ਸੰਗਤਾਂ ਜੋ ਸੁਖਮਨੀ ਸਾਹਿਬ ਦੇ ਜਾਪ, ਸ੍ਰੀ ਅਖੰਡਪੜ ਸਾਹਿਬ ਦੇ ਭੋਗ ਪਾ ਕੇ ਪਿੰਡਾਂ ਦੇ ਵਿੱਚ ਵੀ ਖੁਸ਼ੀਆਂ ਮਨਾ ਰਹੀਆਂ ਕਿ ਅੱਜ ਬਹੁਤ ਵੱਡਾ ਇਤਿਹਾਸਕ ਦਿਹਾੜਾ। ਛੋਟੀ ਉਮਰ ਦੇ ਵਿੱਚ ਬਾਲਾ ਪ੍ਰੀਤਮ ਜੀ ਨੇ ਬਹੁਤ ਹੀ ਸੰਗਤਾਂ ਨੂੰ ਤਾਰਿਆ, ਉਪਦੇਸ਼ ਦਿੱਤਾ ਸਿੱਖੀ ਦਾ। ਗੁਰੂ ਮਹਾਰਾਜ ਦੇ ਚਰਨਾਂ ਨਾਲ ਗੁਰੂ ਦਾ ਉਪਦੇਸ਼ ਸੁਣਾ ਕੇ ਅਤੇ ਦੁੱਖਾਂ ਕਲੇਸ਼ਾਂ ਦਾ ਨਾਸ ਕੀਤਾ। ਸਮਾਂ ਬਣਿਆ ਸਾਧ ਸੰਗਤ ਜੀ ਕਿ ਗੁਰੂ ਮਹਾਰਾਜ ਜੋ ਜਦੋਂ ਦਿੱਲੀ ਦੇ ਵਿੱਚ ਚੀਚਕ ਦਾ ਭਿਆਨਕ ਰੋਗ ਫੈਲਿਆ ਅਤੇ ਉਸ ਸਮੇਂ ਸੰਗਤਾਂ ਨੇ ਪੁਕਾਰ ਕੀਤੀ ਕੋਈ ਇਹੋ ਜਿਹਾ ਗੁਰੂ ਮਿਲੇ, ਕੋਈ ਇਹੋ ਜਿਹਾ ਜਗਤ ਨੂੰ ਤਾਰਨ ਵਾਲਾ ਗੁਰੂ ਮਿਲੇ। ਅਤੇ ਉੱਥੇ ਜਦੋਂ ਪਤਾ ਲੱਗਾ ਸ਼੍ਰੀ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ, ਅਤੇ ਰਾਜੀ ਜੈ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਦਿੱਲੀ ਦੇ ਵਿੱਚ ਆਓ ਅਤੇ ਸੰਗਤਾਂ ਦਾ ਆਧਾਰ ਕਰੋ, ਸੰਗਤਾਂ ਦੇ ਦੁੱਖ ਦੂਰ ਕਰੋ, ਕਿਉਂਕਿ ਦਿੱਲੀ ਦੇ ਵਿੱਚ ਬਹੁਤ ਭਿਆਨਕ ਬਿਮਾਰੀ ਫੈਲੀ ਹੋਈ ਹੈ। ਅਤੇ ਮਹਾਰਾਜ ਤਾਰਦੇ ਤਾਰਦੇ ਰਸਤਿਆਂ ਦੇ ਵਿੱਚ ਵੀ ਪੜਾਓ ਕੀਤਾ, ਇਤਿਹਾਸਕ ਗੁਰਦੁਆਰਾ ਸਾਹਿਬ ਆਉਂਦਾ ਸ੍ਰੀ ਪੰਜੋਖੜਾ ਸਾਹਿਬ, ਉੱਥੋਂ ਦਾ ਇਤਿਹਾਸ ਸਾਰੀਆਂ ਸੰਗਤਾਂ ਜਾਣਦੀਆਂ ਹਨ। ਉਸ ਧਰਤੀ ਦੇ ਉੱਤੇ ਲਾਲ ਚੰਦ ਪੰਡਿਤ ਨੂੰ ਉਪਦੇਸ਼ ਦਿੱਤਾ ਜੋ ਉਹਦਾ ਹੰਕਾਰ ਤੋੜਿਆ ਸੀ, ਉਹਨੂੰ ਉਪਦੇਸ਼ ਦੇ ਕੇ ਅੱਗੇ ਮਹਾਰਾਜ ਦਿੱਲੀ ਪਹੁੰਚੇ ਰਾਜਾ ਸਹਿ ਸਿੰਘ ਦੇ ਬੰਗਲੇ ਵਿੱਚ। ਉੱਥੇ ਬੇਅੰਤ ਸੰਗਤਾਂ ਆਉਂਦੀਆਂ, ਮਹਾਰਾਜ ਉਪਦੇਸ਼ ਕਰਦੇ ਹਨ ਅਤੇ ਉੱਥੇ ਫਿਰ ਸੰਗਤਾਂ ਦਾ ਦੁੱਖ ਨਿਵਿਰਤ ਕੀਤੇ ਮਹਾਰਾਜ ਨੇ ਬਾਣੀ ਦਾ ਉਪਦੇਸ਼ ਦੇ ਕੇ। ਅਤੇ ਨਾਲੇ ਉੱਥੇ ਇੱਕ ਖੂਹ ਲਵਾਇਆ ਹੈ ਅਤੇ ਵਚਨ ਕੀਤਾ ਕਿ ਇਸ ਖੂਹ ਦਾ ਜਲ ਜੋ ਸੰਗਤਾਂ ਛਕਣਗੀਆਂ ਉਹਨਾਂ ਦੇ ਦੁੱਖ ਦੂਰ ਹੋਣਗੇ। ਅੱਜ ਤੱਕ ਵੀ ਉੱਥੇ ਜਦੋਂ ਜਾਂਦੇ ਆਪਾਂ ਦਰਸ਼ਨ ਕਰਦੇ ਹਾਂ ਤਾਂ ਉਸ ਖੂਹ ਦਾ ਜਲ ਜ਼ਰੂਰ ਲੈ ਕੇ ਆਉਂਦੇ ਹਨ, ਘਰਾਂ ਦੇ ਵਿੱਚ ਜਲ ਰੱਖਦੇ ਹਨ, ਤਾਂ ਬਹੁਤ ਸੰਗਤਾਂ ਦੇ ਦੁੱਖ ਦੂਰ ਹੁੰਦੇ ਹਨ। ਛੋਟੀ ਉਮਰ ਦੇ ਵਿੱਚ ਹੀ ਮਹਾਰਾਜ ਨੇ ਕੋਈ 7-8 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਮਹਾਰਾਜ ਨੇ ਬਾਬਾ ਬਕਾਲਾ ਦੀ ਧਰਤੀ ਨੂੰ ਇਸ਼ਾਰਾ ਕੀਤਾ ਕਿ ਬਾਬਾ ਅਗਲਾ ਗੁਰੂ ਜਿਹੜਾ ਹੈ ਬਾਬੇ ਬਕਾਲੇ ਦੀ ਧਰਤੀ 'ਤੇ, ਅਤੇ ਉੱਥੇ ਉਪਦੇਸ਼ ਕਰਕੇ ਮਹਾਰਾਜ ਸੱਚਖੰਡ ਜੋਤੀ ਜੋਤ ਸਮਾ ਗਏ। ਲੱਗਦਾ ਕਿ ਤੁਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਪਣੇ ਪਰਿਵਾਰ ਵਾਸਤੇ ਅਰਦਾਸ ਕੀਤੀ ਅਤੇ ਕਿਸਾਨਾਂ ਵਾਸਤੇ ਵੀ ਅਰਦਾਸ ਕੀਤੀ ਕਿ ਹਾਂ, ਕਿਸਾਨਾਂ ਵਾਸਤੇ ਬਹੁਤ ਅਰਦਾਸਾਂ ਹੋ ਰਹੀਆਂ, ਤਕਰੀਬਨ ਰੋਜ਼ ਹੀ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੁੰਦੀਆਂ। ਹਰਿਮੰਦਰ ਸਾਹਿਬ ਵੀ ਅਰਦਾਸ ਬੇਨਤੀ ਜਿਹੜਾ ਆਉਂਦਾ ਕਰਦਾ ਹੈ ਜੀਵ, ਕਿ ਸੰਘਰਸ਼ ਜਿਹੜਾ ਬੜਾ ਲੰਮਾ ਚੱਲਿਆ, ਤਕਰੀਬਨ ਕੋਈ 6-7 ਮਹੀਨੇ ਤੋਂ ਪਹਿਲੋਂ ਠੰਡ ਦੇ ਵਿੱਚ ਬੈਠੇ ਰਹੇ, ਹੁਣ ਕੜਾਕੇ ਦੀ ਗਰਮੀ ਬਰਸਾਤਾਂ, ਮੌਸਮ ਬੜਾ ਸਖਤ ਹੈ, ਉਹ ਗਰਮੀ ਦੇ ਵਿੱਚ ਛਾਣ ਉੱਥੇ ਡਟੇ ਹੋਏ ਹਨ, ਪਰ ਸਰਕਾਰ ਆਪਣੀ ਅੜੀ 'ਤੇ ਅੜੀ ਹੋਈ ਹੈ। ਉਹਨੂੰ ਮੰਨ ਲੈਣਾ ਚਾਹੀਦਾ ਹੈ ਕਿਸਾਨਾਂ ਦੀਆਂ ਮੰਗਾਂ ਨੂੰ, ਕਿਉਂਕਿ ਕਿਸਾਨ ਹੈ ਅਤੇ ਸਭ ਕੁਛ ਹੈ, ਇੱਕੋ ਸਾਡੇ ਦੇਸ਼ ਦਾ ਨਾਰਾ ਜੈ ਜਵਾਨ ਅਤੇ ਜੈ ਕਿਸਾਨ। ਜਿੱਥੇ ਕਿਸਾਨਾਂ ਦੀਆਂ ਮੰਗਾਂ ਉੱਥੇ ਸਾਡੇ ਫੌਜੀ ਭਰਾ ਵੀ ਧਰਨਿਆਂ ਦੇ ਬੈਠੇ ਜੰਤਰ ਮੰਤਰ ਦੇ ਉੱਤੇ, ਉੱਥੇ ਵੀ ਬੜਾ ਸੰਘਰਸ਼ ਚੱਲ ਰਿਹਾ। ਅੱਜ 1 ਰੈਂਕ ਦੀ ਜੋ ਹੇਰਿੰਗ ਹੋ ਰਹੀ ਹੈ ਉਹਨੂੰ ਟਾਲਿਆ ਜਾ ਰਿਹਾ ਹੈ, ਲੇਕਿਨ ਅੱਜ ਉੱਥੇ 1 ਰੈਂਕ ਦੀ ਹੇਰਿੰਗ ਹੋਣੀ ਹੈ ਸੁਪਰੀਮ ਕੋਰਟ ਦੇ ਵਿੱਚ। ਵੇਖੋ ਗੌਰਮੈਂਟ ਕੀ ਫੈਸਲਾ ਦਿੰਦੀ, ਉਹ ਤਰੀਕ 'ਤੇ ਤਰੀਕ ਦੇਈ ਜਾਂਦੀ ਹੈ, ਜਵਾਨਾਂ ਨੂੰ ਵੀ ਟਾਲ ਰਹੀ ਆ ਅਤੇ ਕਿਸਾਨਾਂ ਨੂੰ ਵੀ ਟਾਲ ਰਹੀ ਹੈ। ਗੁਰੂ ਸਾਹਿਬ ਦੇ ਉੱਤੇ ਜਿਹੜੇ ਦੇਸ਼ ਵਿਦੇਸ਼ 'ਚ ਸੰਗਤਾਂ ਬੈਠੀਆਂ ਉਹਨਾਂ ਨੂੰ ਕੀ ਕਹਿਣਾ? ਅਸੀਂ ਸਾਰਿਆਂ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹੋ ਹੀ ਸੰਦੇਸ਼ ਦਿੰਦੇ ਹਾਂ ਕਿ ਮਹਾਰਾਜ ਦਾ ਪਵਿੱਤਰ ਦਿਹਾੜਾ, ਵੱਧ ਤੋਂ ਵੱਧ ਗੁਰੂ ਦੀ ਬਾਣੀ ਦਾ ਜਾਪ ਕਰੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਮਾੜਿਆਂ ਕਰਮਾਂ ਤੋਂ ਬਚੋ, ਚੁਗਲੀ ਨਿੰਦਿਆਂ ਨੂੰ ਛੱਡੋ ਅਤੇ ਪਿਆਸ ਸਤੂਪ ਪਾਸ ਨਾ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਇੱਦਾਂ ਬੋਲੋ। ਮੇਰਾ ਨਾਂ ਸਤਪਾਲ ਸਿੰਘ ਆ ਜੀ, ਅੰਮ੍ਰਿਤਸਰ ਦਾ ਨਿਵਾਸੀ ਹਾਂ ਜੀ। ਅੱਜ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਜਨਮ ਦਿਹਾੜੇ ਦੇ ਸਾਰੇ ਸੰਗਤਾਂ ਬੜੀ ਧੂਮਧਾਮ ਦੇ ਨਾਲ ਸ਼ਰਧਾ ਦੇ ਨਾਲ ਇਸ਼ਨਾਨ ਕਰ ਰਹੀਆਂ ਅਤੇ ਦਰਸ਼ਨ ਭੇਟਾ ਕਰ ਰਹੀਆਂ ਨੇ। ਮਹਾਰਾਜ ਸਰਬੱਤ ਦਾ ਭਲਾ ਕਰੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਨੇ। ਮਹਾਰਾਜ ਸਭ ਨੂੰ ਸੱਚੀ ਅਤੇ ਸੁੱਚੀ ਵਿੱਦਿਆ ਦੇਵੇ ਅਤੇ ਮਹਾਰਾਜ ਦਾ ਭਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।